ਸੰਗਰੂਰ ਦੇ ਧੁਰੀ ਤੋਂ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਪੁਜਾਰੀਆਂ ਦੇ ਵੱਲੋਂ ਇੱਕ ਸ਼ਖਸ ਦਾ ਕਤਲ ਕਰਕੇ ਉਸ ਨੂੰ ਮੰਦਿਰ ਦੇ ਵਿੱਚ ਹੀ ਬਣੇ ਹਵਨ ਕੁੰਡ ਦੇ ਹੇਠਾਂ ਦਫ਼ਨ ਕਰ ਦਿੱਤਾ ਗਿਆ। ਜੀ ਹਾਂ, ਕਤਲ ਦੀ ਵਾਰਦਾਤ ਮੰਦਿਰ ਦੇ ਅੰਦਰ ਦਿੱਤੀ ਗਈ ਹੈ ਅਤੇ ਕਿਸੇ ਹੋਰ ਨੇ ਨਹੀਂ, ਸਗੋਂ ਮੰਦਿਰ ਦੇ ਪੁਜਾਰੀਆਂ ਦੇ ਵੱਲੋਂ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਵੇਂ ਹੀ ਇਸ ਘਟਨਾ ਦੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਤਾਂ ਦੂਸਰੇ ਪਾਸੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਥਾਣਾ ਸਿਟੀ ਪਹੁੰਚ ਜਾਂਦੇ ਨੇ ਅਤੇ ਸਖਤ ਤੋਂ ਸਖਤ ਕਾਰਵਾਈ ਦੋਸ਼ੀਆਂ ਦੇ ਖਿਲਾਫ ਉਹ ਕਰ ਰਹੇ ਨੇ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮੰਦਿਰ ਦੇ ਪੁਜਾਰੀਆਂ ਦੇ ਵੱਲੋਂ ਹੀ ਇਸ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਨੇ ਇੱਕ ਸ਼ਖਸ, ਦੱਸਿਆ ਜਾ ਰਿਹਾ ਕਿ ਨੌਜਵਾਨ ਜੋ ਹੈ ਉਸਦੀ ਉਮਰ 33 ਸਾਲ ਦੀ ਹੈ, ਉਸਦਾ ਕਤਲ ਕੀਤਾ ਅਤੇ ਉਸ ਨੂੰ ਮੰਦਿਰ ਦੇ ਵਿੱਚ ਹੀ ਬਣੇ ਹਵਨ ਕੁੰਡ ਦੇ ਹੇਠਾਂ ਦਫਨ ਕਰ ਦਿੱਤਾ। ਫਿਲਹਾਲ ਇਸ ਵਾਰਦਾਤ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਨਹੀਂ ਬਖਸ਼ਣਗੇ, ਸਖਤ ਤੋਂ ਸਖਤ ਕਾਰਵਾਈ ਦੋਸ਼ੀਆਂ ਦੇ ਖਿਲਾਫ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਪੁਲਿਸ ਨੂੰ ਮੰਦਿਰ ਦੇ ਪੁਜਾਰੀ ਦੇ ਉੱਤੇ ਸ਼ੱਕ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਮੰਦਿਰ ਦੇ ਪੁਜਾਰੀ ਨੂੰ ਥਾਣੇ ਲੈ ਕੇ ਜਾਂਦੀ ਹੈ ਜਿੱਥੇ ਉਸਦੇ ਕੋਲੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਇਸੇ ਦੌਰਾਨ ਜੋ ਮੰਦਿਰ ਦਾ ਪੁਜਾਰੀ ਹੈ ਉਹ ਇਹ ਕਬੂਲ ਕਰ ਲੈਂਦਾ ਹੈ ਕਿ ਉਸਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋ ਪੁਜਾਰੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਦੇ ਵੱਲੋਂ 33 ਸਾਲ ਦੇ ਨੌਜਵਾਨ ਦਾ ਕਤਲ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਮੰਦਿਰ ਦੇ ਵਿੱਚ ਹੀ ਬਣੇ ਹਵਨ ਕੁੰਡ ਦੇ ਹੇਠਾਂ ਦਫਨ ਕਰ ਦਿੱਤਾ ਜਾਂਦਾ ਹੈ, ਦਬਾ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਇਹ ਵੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ, ਖਬਰ ਸਾਹਮਣੇ ਆ ਰਹੀ ਹੈ ਕਿ ਇਹ ਸਾਰਾ ਕੁਝ ਜੋ ਹੈ ਇਹ ਕਿਸੇ ਤਾਂਤਰਿਕ ਵਿੱਦਿਆ ਦੇ ਨਾਲ ਵੀ ਇਸ ਨੂੰ ਜੋੜ ਕੇ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਇੱਕ ਬਲੀ ਜੋ ਹੈ ਉਹ ਦਿੱਤੀ ਗਈ ਹੈ। ਇਹ ਕਹਿਣਾ ਚਾਹੁੰਦਾ ਜੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹਨਾਂ ਦਾ ਅੱਜ ਦਾ ਨਹੀਂ ਜੀ, ਬਹੁਤ ਦੇਰ ਦਾ ਮੁੱਢ ਤੋਂ ਇਹ ਕ੍ਰਾਈਮਲ ਬੰਦੇ ਨੇ ਵੱਧ ਰਿਹਾ ਜੀ। ਪਹਿਲਾਂ 3 ਕਤਲ ਪਹਿਲਾਂ ਹੋ ਚੁੱਕੇ ਨੇ, ਇਹਨਾਂ ਨੇ 3 ਕਤਲਾਂ ਦੇ ਵਿੱਚ ਕੋਈ ਸੂਹ ਨਹੀਂ ਹੋਣ ਦਿੱਤੀ। ਸਾਡੇ ਸ਼ਹਿਰ ਦਾ ਇੱਕ 55 ਬੰਦਾ ਇਹਨਾਂ ਦੀ ਫੁੱਲ ਐਂਡ ਫਾਈਨਲ ਸਪੋਰਟ ਕਰਦਾ ਹੈ, ਜੋ ਮੰਦਿਰ ਦਾ ਪ੍ਰਧਾਨ ਬਣਿਆ ਹੋਇਆ ਜੀ। ਨਾ ਉਹਨਾਂ ਦੇ 3 ਬੰਦਿਆਂ ਦਾ ਨਾ ਡਾਕਟਰੀ ਬਣਾ ਹੋਇਆ, ਨਾ ਕੁਛ ਹੋਰ ਹੈ। ਬਾਹਰ ਦੀ ਬਾਹਰ ਬਗੈਰ ਉਸ ਕਰੇ ਤੋਂ ਹੀ ਫੂਕੇ ਗਏ ਨੇ ਜੀ। ਅਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਤਾਂਤਰਿਕ ਵਿੱਦਿਆ ਨਾਲ ਉਹਦਾ ਹਵਨ ਦੇ ਵਿੱਚ ਉਹਦੀ ਬਲੀ ਦੇਣਾ ਚਾਹੁੰਦੇ ਸੀ ਜੀ। ਇਹ ਤਾਂਤਰਿਕ ਪੰਡਿਤ ਹੈ ਜੀ। ਕਿਹੜਾ ਬੰਦਾ ਮਤਲਬ ਕਿ ਸਪੋਰਟ ਕਰਦਾ ਹੈ ਇਹਨਾਂ ਦਾ? ਸਪੋਰਟ ਜੀ ਹੈਡ ਇਹਨਾਂ ਦਾ ਜੀ, ਜੋ ਦਿਮਾਗ ਵਾਲਾ ਬੰਦਾ ਜੀ, ਉਹ ਹੈ ਅਸ਼ੋਕ ਸ਼ਾਸਤਰੀ ਜੀ। ਅਸ਼ੋਕ ਕੁਮਾਰ ਸ਼ਾਸਤਰੀ ਅਤੇ ਦੂਸਰਾ ਹੈਗਾ ਜੀ ਬਿੰਦਾ ਜੀ, ਇਹਨਾਂ ਦਾ ਪੂਰੀ ਸਪੋਰਟ ਕਰਦਾ। ਉਹ 3 ਪਹਿਲਾਂ ਹੋ ਚੁੱਕੇ, ਇਹਨਾਂ ਨੂੰ ਪੈਸੇ ਪੂਸੇ ਦੇ ਕੇ ਇਸ ਹਿਸਾਬ ਨਾਲ ਕਿਸੇ ਨਾ ਕਿਸੇ ਕੰਪਰੋਮਾਈਜ਼ ਕਰਾ ਦਿੰਦਾ। ਅਤੇ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਪਹਿਲਾਂ ਤਾਂ ਇਹ ਪੰਡਿਤ ਜਿਹੜੇ ਆਏ ਵੀ ਨੇ ਸਾਰੇ ਇੱਕੋ ਹੀ ਨੇ ਜੀ। ਸਾਰਾ ਪਰਿਵਾਰ ਇਕੱਠਾ ਹੋਇਆ ਪਿਆ ਸ਼ਹਿਰ ਦੇ ਵਿੱਚ, ਹਰੇਕ ਮੰਦਿਰ ਦੇ ਵਿੱਚ ਇਹੀ ਗੁੰਡੇ ਆਏ ਵੇ ਨੇ। ਇਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ, ਨਹੀਂ ਮੇਰਾ ਤਾਂ ਕਿਹਾ ਇਦੋਂ ਬਾਅਦ ਕਿਸੇ ਹੋਰ ਦਾ ਨਾ ਚੱਲਿਆ ਜਾਵੇ। ਇੱਕ ਆਪਣੇ ਉਰੇ ਇੱਕ 33 ਸਾਲ ਦੇ ਨੌਜਵਾਨ ਦਾ ਆਪਣੇ ਧੂਰੀ ਨਾਲ ਜਿਹੜਾ ਵਸਨੀਕ ਸੀਗਾ, ਜਿਹਦਾ ਨਾਮ ਆਨੰਦ ਕਰਕੇ ਹੈ, ਸੁਦੀਪ ਉਰਫ ਆਨੰਦ, ਉਹਦਾ ਇਸ ਧੂਰੀ ਦੇ ਇੱਕ ਮੰਦਿਰ ਹੈ ਉੱਥੇ ਇਹਦਾ ਕਤਲ ਹੋਇਆ, ਜਿਸ ਸੰਬੰਧੀ ਕੁਝ ਬੰਦੇ ਅਸੀਂ ਰਾਊਂਡ ਅਪ ਕੀਤੇ ਹਾਂ। ਬਾਕੀ ਐਜ਼ ਪਰ ਇਨਵੈਸਟੀਗੇਸ਼ਨ ਜੋ ਕੁਝ ਵੀ ਸਾਡੇ ਸਾਹਮਣੇ ਆਏਗਾ ਉਹ ਕਰਨ ਤੋਂ ਬਾਅਦ ਤੁਹਾਨੂੰ ਦੱਸਦਾ। ਸਰ, ਮਾਮਲਾ ਸਾਹਮਣੇ ਕਿਵੇਂ ਆਇਆ? ਇਹ ਸਾਡੇ ਕੋਲ ਅੱਜ ਕੁਛ ਦਿਨ ਦੇ ਵੇਲੇ ਸਾਡੇ ਕੋਲ ਕੁਝ ਵਿਅਕਤੀ ਆਏ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਸਾਡਾ ਲੜਕਾ ਜੋ ਹੈ ਸਾਨੂੰ ਮਿਲ ਨਹੀਂ ਰਿਹਾ, ਉਹਦੇ ਗੁੰਮਸ਼ੁਦਾ ਹੋਣ ਦੀ ਉਹਨਾਂ ਨੇ ਦੱਸਿਆ ਸੀ। ਅਤੇ ਅਸੀਂ ਉਹ ਕਹਿੰਦੇ ਪਰ ਫੋਨ ਉਹਦਾ ਚੱਲ ਰਿਹਾ, ਜਿਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਡਾਊਟ ਹੋਇਆ ਇਸ 'ਤੇ।
ਫਿਰ ਉਹ ਕਾਲ ਕਰਦੇ ਕਰਦੇ ਕੁਛ ਇਹਨਾਂ ਦੇ ਕੋਈ ਕਰੀਬੀਆਂ ਨੇ ਸਾਨੂੰ ਆ ਕੇ ਦੱਸਿਆ ਵੀ ਸਾਨੂੰ ਇਹਨਾਂ ਇਹਨਾਂ ਬੰਦਿਆਂ 'ਤੇ ਸ਼ੱਕ ਹੈ। ਅਤੇ ਜਦੋਂ ਅਸੀਂ ਉਹਨਾਂ ਨੂੰ ਪੁੱਛ ਗਿੱਛ ਕੀਤੀ ਤਾਂ ਹੌਲੀ ਹੌਲੀ ਸਾਨੂੰ ਕਲੀਅਰ ਹੋਇਆ, ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਜਦੋਂ ਅਸੀਂ ਇੱਕ ਵਾਰ ਪੂਰੇ ਸ਼ਿਓਰ ਹੋ ਜਾਵਾਂਗੇ ਫਿਰ ਤੁਹਾਨੂੰ ਸਾਰਾ ਕੁਛ ਇਹਦੇ ਬਾਰੇ ਦੱਸ ਦਾਂਗੇ। ਸਰ, ਲਾਸ਼ ਦਾ ਪੋਸਟਮਾਰਟਮ ਕਦੋਂ ਤੱਕ ਹੋਏਗਾ? ਦੇਖੋ, ਇਹ ਕੱਲ੍ਹ ਸਵੇਰੇ ਅਰਲੀ ਮਾਰਨਿੰਗ ਜਿਵੇਂ ਹੀ ਦਿਨ ਸ਼ੁਰੂ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨੀ ਜਲਦੀ ਹੋ ਸਕੇ ਉਹਦਾ ਪੋਸਟਮਾਰਟਮ ਕਰਾ ਕੇ ਜਿਹੜੀ ਡੈੱਡ ਬੋਡੀ ਆ ਵਾਰਸਾ ਦੇ ਹਵਾਲੇ ਕਰ